ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 14 ਅਕਤੂਬਰ ਰਾਤ ਵੇਲੇ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਤੇ ਕਿੱਥੇ-ਕਿੱਥੇ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਤੇ ਆਪਣੇ ਹਲਕੇ ਦਾ ਮੌਸਮ ਵੀ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਮੌਜੂਦਾ ਸਮੇਂ ਵਿੱਚ ਕਿਹੋ ਜਿਹਾ ਹੈ ਜਿਵੇਂ ਆਪਾਂ ਦੱਸਿਆ ਸੀਗਾ ਕਿ ਸਵੇਰ ਵੇਲੇ ਪੰਜਾਬ ਵਿੱਚ ਟੁੱਟਵੇਂ ਤੌਰ ਤੇ ਮੀਂਹ ਗੁਰਦਾਸਪੁਰ ਡੇਰਾ ਬਾਬਾ ਨਾਨਕ ਇੱਧਰ ਗੁਰਦਾਸਪੁਰ ਬਟਾਲਾ ਸਾਈਡ ਆਪਣੇ ਪਠਾਨਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਅੰਮ੍ਰਿਤਸਰ ਦੇ ਬਾਰਡਰ ਏਰੀਆ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ ਉਸ ਤੋਂ ਇਲਾਵਾ ਇਨ੍ਹਾਂ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਗੜੇਮਾਰੀ ਵੀ ਦੇਖੀ ਗਈ ਹੈ। ਕੁਝ ਇੱਕ ਹੋਰ ਥਾਵਾਂ ਤੇ ਵੀ ਪੰਜਾਬੀ ਚ ਟੁੱਟਵੇਂ ਤੌਰ ਤੇ ਸਵੇਰ ਵੇਲੇ ਮੀਂਹ ਪਿਆ ਹੈ तकरीबन 11-12 ਵਜੇ ਤੱਕ ਤੇ ਬਾਅਦ ਵਿੱਚ ਮੌਸਮ तकरीबन ਕੁਝ ਇੱਕ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੈ। ਗਰਮੀ ਤੇ ਹੌਮਸ ਵਾਲਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਪਰ ਜੇਕਰ ਆਪਾਂ ਸ਼ਾਮ ਦੀ ਗੱਲ ਕਰੀਏ ਤਾਂ ਇੱਕ ਸੈਂਪਲ ਹੋਰ ਆਉਣ ਨੂੰ ਤਿਆਰ ਹੈ ਜਿਹੜਾ तकरीबन 3-4 ਵਜੇ ਦੇ ਆਸ-ਪਾਸ ਸ਼ੁਰੂ ਹੋਵੇਗਾ ਉਹਦੇ ਵਿੱਚ ਅਮਰitsar, ਤਰਨਤਾਰਨ, ਫਿਰੋਜ਼ਪੁਰ, ਕਰਪੂਤਲਾ ਦੇ ਕੁਝ ਇੱਕ ਇਲਾਕੇ ਫਰੀਦਕੋਟ ਫਾਜਲਕਾ ਦੇ ਕੁਝ ਕਲਾਕੇ ਮੁਖਸਰ ਮੋਗਾ ਬਰਨਾਲਾ ਲੁਧਿਆਣੇ ਦੇ ਚੜ੍ਹਦੇ ਪਾਸੇ ਜਿਵੇਂ ਜਗਰਾਉਂ ਵਾਲੀ ਸਾਈਡ ਹੋਗੇ ਇੱਧਰ ਇਹਨਾਂ ਵਿੱਚ ਅਗਲੇ 5-7 ਘੰਟਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਕਿਤੇ ਕਿਤੇ ਭਾਰੀ ਮੀਂਹ ਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤੇ ਤੇਜ਼ ਹਵਾਵਾਂ ਵੀ ਇਹ ਜੇਕਰ ਸੈਂਪਲ ਚੰਗਾ ਤਕੜਾ ਲੱਗਦਾ ਤਾਂ ਇਹਦਾ ਅਸਰ ਆਪਣੇ ਲੁਧਿਆਣਾ ਪੂਰਾ ਮਲੇਰਕੋਟਲਾ ਪਟਿਆਲੇ ਤੱਕ ਹੋਣ ਦੀ ਆਸ ਹੈ तकरीबन ਰਾਤ ਤੱਕ ਕਹਿ ਸਕਦੇ ਹਾਂ ਕਿ ਅੱਜ ਪੰਜਾਬ ਵਿੱਚ ਅਗਲੇ 2 ਤੋਂ 4 ਘੰਟਿਆਂ ਤੱਕ ਟੁੱਟਵੇਂ ਤੌਰ ਤੇ ਮੀਂਹ ਪਵੇਗਾ ਤੇ 15 ਦੀ ਤਰੀਕ ਤੋਂ ਇੱਕ ਵੱਡਾ ਸੈਂਪਲ ਜਾਨਕੀ ਦੋ ਵੱਡੇ ਸੈਂਪਲ ਲੱਗਣਗੇ 15 ਤੋਂ 17 ਦੇ ਵਿੱਚ ਕੱਲ ਨੂੰ 15 ਦੁਪਹਿਰ ਤੋਂ ਬਾਅਦ ਤਕਰੀਬਨ ਸਾਰੇ ਹੀ ਪੰਜਾਬ ਵਿੱਚ ਵੱਡੇ ਪੱਧਰ ਤੇ ਮੀਂਹ ਪੈਣ ਦੀ ਸੰਭਾਵਨਾ ਮੌਜੂਦ ਹੈ ਸਮੇਂ ਵਿੱਚ ਅਮਰitsar ਤਰਨਤਨ ਫਿਰੋਜ਼ਪੁਰ ਮੋਗਾ ਇਹਨਾਂ ਇਲਾਕਿਆਂ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਪਵੇਗਾ ਆਉਣ ਵਾਲੇ 2 ਤੋਂ 4 ਘੰਟਿਆਂ ਤੱਕ ਤੁਸੀਂ ਆਪਣੇ ਇਲਾਕੇ ਦਾ ਮੌਸਮ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ